ਕੈਪਟਨ ਸਾਹਿਬ ਸ਼ੁੱਡ ਔਰ ਐਂਡ ਸਪੈਸ਼ਲੀ ਦ ਡੀ ਜੀ ਪੀ ਪੰਜਾਬ ਪੁਲਿਸ ਸ਼ੁੱਡ ਇਮੀਡੀਏਟਲੀ ਅਰੈਸਟ ਖਹਿਰਾ। ਨਸ਼ੇ ਦੇ ਮੁੱਦੇ ਤੇ ਵਿਰੋਧੀਆਂ ਦੇ ਨੱਕ 'ਚ ਦਮ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਤੇ ਚਿੱਟੇ ਦਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਈ ਪਟੀਸ਼ਨ ਰੱਦ ਕਰ ਦਿੱਤੀ ਗਈ ਅਤੇ ਕਿਹਾ ਗਿਆ ਇਸ ਉੱਤੇ ਫਾਜ਼ਿਲਕਾ ਜ਼ਿਲ੍ਹਾ ਕੋਰਟ ਹੀ ਫੈਸਲਾ ਕਰੇ। ਬੈਂਚ ਨੇ ਕਿਹਾ ਕਿ ਜੋ ਦੋਸ਼ੀਆਂ ਦੇ ਵਿੱਚ ਗੱਲ ਹੋਈ ਹੈ ਅਤੇ ਕੋਲ ਡਿਟੇਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੁਖਪਾਲ ਸਿੰਘ ਖਹਿਰੇ ਦੇ ਵਕੀਲ ਨੇ ਇਸ ਮਾਮਲੇ ਨੂੰ ਰਾਜਸੀ ਬਦਲਾਖੋਰੀ ਕਰਾਰ ਦਿੱਤਾ ਸੀ, ਪਰ ਜਸਟਿਸ ਚੌਧਰੀ ਨੇ ਕਿਹਾ ਕਿ ਉਹ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਕਿ ਉਹਨਾਂ ਦੇ ਨਾਲ ਪੱਖਪਾਤ ਹੋਇਆ ਹੈ। ਇਸ ਸੰਬੰਧ ਦੇ ਵਿੱਚ FIR 5 ਮਾਰਚ 2015 ਨੂੰ ਦਰਜ ਹੋਈ ਸੀ। ਉਦੋਂ ਮੌਜੂਦਾ ਸਰਕਾਰ ਯਾਨੀ ਕਿ ਕਾਂਗਰਸ ਸਰਕਾਰ ਸੱਤਾ ਵਿੱਚ ਨਹੀਂ ਸੀ। ਖਹਿਰਾ ਨੇ ਦਲੀਲ ਦਿੱਤੀ ਸੀ ਕਿ ਕੇਸ ਦੇ ਨਿਬੇੜੇ ਬਾਅਦ ਸੰਮਨ ਨਹੀਂ ਕੀਤਾ ਜਾ ਸਕਦਾ। ਜਸਟਿਸ ਚੌਧਰੀ ਨੇ ਹਾਈਕੋਰਟ ਦੇ ਇੱਕ ਫੈਸਲੇ ਦੇ ਹਵਾਲੇ ਨਾਲ ਕਿਹਾ ਕਿ ਫੈਸਲੇ ਹੋਣ ਤੋਂ ਬਾਅਦ ਵੀ ਧਾਰਾ 319 ਤਹਿਤ ਸੰਮਨ ਕੀਤਾ ਜਾ ਸਕਦਾ ਹੈ। ਸੁਖਪਾਲ ਸਿੰਘ ਖਹਿਰਾ ਦੇ ਵਕੀਲ ਵੱਲੋਂ ਦਿੱਤੇ ਤਰਕ ਕਿ ਹੇਠਲੀ ਅਦਾਲਤ ਨੂੰ ਗੈਰ ਜ਼ਮਾਨਤੀ ਵਾਰੰਟ ਨਹੀਂ ਜਾਰੀ ਕਰਨੇ ਚਾਹੀਦੇ ਸਨ, ਤਾਂ ਇਸ ਦੇ ਨਾਲ ਹਾਈਕੋਰਟ ਨੇ ਅਸਹਿਮਤੀ ਪ੍ਰਗਟਾਈ ਅਤੇ ਗੈਰ ਜ਼ਮਾਨਤੀ ਵਾਰੰਟ ਬਾਰੇ ਹੁਕਮ ਨੂੰ ਰੱਦ ਕਰ ਦਿੱਤਾ। ਉਧਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹਜੇ ਸਾਡੇ ਕੋਲ ਹੋਰ ਵੀ ਆਪਸ਼ਨ ਹਨ। ਅਸੀਂ ਬਹੁਤ ਸਾਰੇ ਸਾਡੇ ਕੋਲ ਆਪਸ਼ਨਸ ਨੇ। ਅਸੀਂ ਇਸੇ ਫੈਸਲੇ ਦਾ ਜੱਜ ਸਾਹਿਬ ਕੋਲ ਰਿਵਿਊ ਪਟੀਸ਼ਨ ਪਾ ਸਕਦੇ ਹਾਂ। ਮੇਰੀ ਇੱਕ ਪਟੀਸ਼ਨ ਪੁਰਾਣੀ ਜਿਹੜੀ ਅਸੀਂ ਵਿਦਡਰਾਅ ਕੀਤੀ ਸੀ 2015 ਦੀ, ਅਸੀਂ ਉਸ ਪਟੀਸ਼ਨ ਨੂੰ ਰਿਸਟੋਰ ਕਰਾ ਸਕਦੇ ਹਾਂ। ਔਰ ਅਫਕੋਰਸ ਹਾਈਕੋਰਟ ਦੇ ਉੱਤੇ ਸੁਪਰੀਮ ਕੋਰਟ ਦੀ ਵੀ ਅਦਾਲਤ ਵਿੱਚ ਇਟ ਇਜ਼ ਜਸਟ ਆਈ ਹੈਵ ਬੀਨ ਸਮਨਡ ਬਾਏ ਅ ਕੋਰਟ। ਅਗਰ ਇਕੱਲੇ ਸਮਨ ਦੇ ਆਧਾਰ ਦੇ ਉੱਤੇ ਮੇਰੇ ਅਸਤੀਫੇ ਦੇ ਪਿੱਛੇ ਪਏ ਹੋਏ ਨੇ ਸਾਰੀਆਂ ਪਾਰਟੀਆਂ, ਮੈਂ ਕਹਿਣਾ ਚਾਹੁੰਦਾ ਫਿਰ ਤੁਹਾਡੇ ਲੀਡਰ ਵੀ ਸਮਨਡ ਨੇ। ਜੇ ਤੁਸੀਂ ਕਹਿੰਦੇ ਹੋ ਕਿ ਮੇਰੇ 'ਤੇ ਡਰੱਗਸ ਦਾ ਬੜਾ ਸੰਗੀਨ ਮਾਮਲਾ ਅਤੇ ਕਰਪਸ਼ਨ ਦਾ ਸੰਗੀਨ ਮਾਮਲਾ, ਨਹੀਂ ਸੰਗੀਨ ਹੈਗਾ। ਕੈਪਟਨ ਅਮਰਿੰਦਰ ਸਿੰਘ 2 ਵੱਡੇ ਕੇਸਾਂ ਵਿੱਚ ਸਮਨ ਨੇ, ਲੁਧਿਆਣਾ ਸਿਟੀ ਸੈਂਟਰ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਸੋਨੀਆ ਗਾਂਧੀ, ਰਾਹੁਲ ਗਾਂਧੀ ਨੈਸ਼ਨਲ ਹੈਰਲਡ ਕੇਸ ਵਿੱਚ ਸਮਨ 'ਤੇ ਸਮਨ ਨੇ, ਜ਼ਮਾਨਤ 'ਤੇ ਨੇ। ਵੀਰਭੱਦਰ ਸਿੰਘ ਉਹਨਾਂ ਦਾ ਬੇਟਾ, ਹਿਮਾਚਲ ਪ੍ਰਦੇਸ਼ ਵਿੱਚ ਡਿਸਪ੍ਰੋਪੋਰਸ਼ਨੇਟ ਐਸੈਟਸ ਅਤੇ ਕਰਪਸ਼ਨ ਅਤੇ ਇਨਕਮ ਟੈਕਸ ਦੇ ਮਾਮਲੇ ਵਿੱਚ ਸਮਨ ਨੇ। ਪ੍ਰੇਮ ਕੁਮਾਰ ਧੂਮਲ ਅਤੇ ਉਹਦਾ ਮੁੰਡਾ ਸਮਨ ਦਾ, ਮਿਸਟਰ ਚਿਦੰਬਰਮ ਸਮਨ ਨੇ। ਮੇਰਾ ਖਿਆਲ ਹੈ ਜੇ ਮੈਂ ਗਿਣ ਲੱਗਾ ਤਾਂ ਇਸ ਦੇਸ਼ ਵਿੱਚ ਸੈਂਕੜੇ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਟ੍ਰਾਇਲਸ ਫੇਸ ਕਰ ਰਹੇ, ਔਰ ਜਿਹੜੇ ਝੂਠੇ ਇਹ ਅਖੌਤੀ ਬਾਦਲ ਨੇ, ਇਹਨਾਂ ਨੂੰ ਪੁੱਛੋ ਕਿ ਸੁਖਬੀਰ ਬਾਦਲ ਸਮਨ ਨਹੀਂ ਗਾ। 307 ਦਾ ਮੁਕੱਦਮਾ, ਨਰੇਸ਼ ਸਹਿਗਲ ਇੱਕ ਕੋਟਕਪੂਰੇ ਦੇ ਪੱਤਰਕਾਰ ਨੂੰ ਚਪੇੜਾਂ ਮਾਰੀਆਂ, ਕੁੱਟੀਆਂ, ਉਹਦਾ ਕੈਮਰਾ ਤੋੜਤਾ ਸੀਗਾ, ਕਿ ਉਹ ਕੋਈ ਗੁਨਾਹ ਨਹੀਂ ਗਾ। ਸਮਨ 'ਤੇ ਵੀ ਆ ਅਤੇ ਜ਼ਮਾਨਤ 'ਤੇ ਵੀ ਆ। ਅਤੇ ਆ ਸੁਖਬੀਰ ਅਤੇ ਵਿਕਰਮ ਮੇਰੇ ਤੋਂ ਮੰਗ ਰਹੇ ਨੇ ਅਸਤੀਫਾ, ਕੁਛ ਸ਼ਰਮ ਕਰੋ ਮਾੜੀ ਮੋਟੀ ਜਿਹੜੇ ਵਿਰੋਧੀ ਨੇ, ਇੱਦਾਂ ਮੈਂ ਅਸਤੀਫਾ ਨਹੀਂ ਦਊਂਗਾ। ਹਾਂ, ਅਸਤੀਫਾ ਮੇਰੇ ਪਾਰਟੀ ਦੇ MLAs ਮੈਨੂੰ ਕਹਿਣ, ਮੇਰੀ ਪਾਰਟੀ ਦੀ ਮੈਨੂੰ ਲੀਡਰਸ਼ਿਪ ਕਵੇ, 5 ਮਿੰਟ ਵੀ ਨਹੀਂ। ਪੰਜਾਬ ਅਤੇ ਹਰਿਆਣਾ ਕੋਰਟ ਦੇ ਝਟਕੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਕਾਲੀਆਂ ਅਤੇ ਹੋਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰ ਸੁਖਪਾਲ ਸਿੰਘ ਖਹਿਰਾ ਉੱਤੇ ਕੇਜਰੀਵਾਲ ਨੂੰ ਕਾਰਵਾਈ ਕਰਨ ਲਈ ਕਿਹਾ ਅਤੇ ਕੈਪਟਨ ਨੂੰ ਵੀ ਕਿਹਾ ਕਿ ਖਹਿਰੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤੁਸੀਂ ਖਹਿਰੇ ਦੇ ਐਸੈਟ ਸਟੇਟਮੈਂਟ ਆਫੀਸ਼ੀਅਲੀ ਦੇਖੋ ਔਨ ਦਾ ਵੈਬਸਾਈਟ ਆਫ ਦ ਇਲੈਕਸ਼ਨ ਕਮਿਸ਼ਨ। ਇਸ ਇਲੈਕਸ਼ਨ ਤੋਂ ਪਹਿਲੇ ਇਲੈਕਸ਼ਨ 'ਚ ਇਹਦਾ 2 ਕਰੋੜ ਸੀ ਇਹਦੀ ਐਸੈਟਸ, ਇਹਦੀ ਐਸੈਟਸ 5 ਸਾਲਾਂ 'ਚ 52 ਕਰੋੜ ਬਣ ਗਈ ਹੈ, 52 ਕਰੋੜ। ਆ ਪੈਸਾ ਕਿੱਥੋਂ ਆਇਆ? ਆ ਸਾਰਾ ਡਰੱਗ ਮਨੀ ਹੈ। ਆਮ ਆਦਮੀ ਪਾਰਟੀ ਨੇ ਹੁਣ ਕਿਉਂ, ਐਵਰੀਵਨ ਇਜ਼ ਕੇਜਰੀਵਾਲ ਇਜ਼ ਕੁਆਇਟ ਬਿਕੋਜ਼ ਹੀ ਕੇਜਰੀਵਾਲ ਆਮ ਆਦਮੀ ਪਾਰਟੀ ਹੈਜ਼ ਆਲਸੋ ਬੀਨ ਯੂਜ਼ਿੰਗ ਦਿਸ ਮਨੀ। ਆਈਦਰ ਦੇ ਸ਼ੁੱਡ ਕਮ ਆਊਟ ਐਂਡ ਥਰੋ ਹਿਮ ਆਊਟ। ਸੁਖਪਾਲ ਖਹਿਰਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਇਆ। ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਕਿ ਨੌਜਵਾਨ, ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਾ ਸੁਖਪਾਲ ਖਹਿਰੇ ਨੂੰ ਜੇ ਉਹ ਬਚਾਉਣਗੇ ਪੰਜਾਬ ਦੀ ਜਨਤਾ ਉਹਨਾਂ ਨੂੰ ਨਹੀਂ ਬਖਸ਼ੂਗੀ।
ਫੜ ਕੇ ਅੰਦਰ ਕਰਨਾ ਚਾਹੀਦਾ, ਹੋਰ ਕੀ ਕਰਨਾ ਚਾਹੀਦਾ? ਦੇ ਸ਼ੁਡ ਇਮੀਡੀਏਟਲੀ ਐਜ ਡਾਇਰੈਕਟਡ ਬਾਈ ਦਾ ਹਾਈ ਕੋਰਟ, ਵੀ ਸਾਰੀ ਡਿਟੇਲਸ ਪ੍ਰੋਸੀਕਿਊਟਰ ਨੇ ਦਿੱਤੀਆਂ, ਦੇ ਸ਼ੁਡ ਸਬਮਿਟ ਐਜ਼ ਆਫੀਸ਼ੀਅਲ ਚਲਾਨ ਪੇਸ਼ ਕਰਨ ਤੇ ਕਰਨ। ਆਈ ਥਿੰਕ ਪੰਜਾਬ ਗਵਰਨਮੈਂਟ ਦੀ ਸਿੰਸੇਅਰਟੀ ਹੋਊਗੀ ਟੂ ਫਾਈਟ ਡਰੱਗਸ, ਅਰੈਸਟ ਹਿਮ ਇਮੀਡੀਏਟਲੀ। ਉਧਰ ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਕਰ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਮੰਗਿਆ। ਜਿਹੜਾ ਸੁੱਖਾ ਸੁਖਪਾਲ ਸਿੰਘ ਖਹਿਰਾ ਉਹੀ ਸੀਗਾ ਤਸਕਰ, ਜੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਮੈਂ ਡਰੱਗਸ ਦੇ ਖਿਲਾਫ਼ ਚੋਣ ਲੜਨੀ ਹੈ, ਅਤੇ ਅੱਜ ਇੰਨੇ ਦਿਨ ਹੋ ਗਏ, 30-31 ਤਰੀਕ ਦਾ ਫੈਸਲਾ ਆਇਆ ਸੀਗਾ ਜਿਹੜਾ ਲੋਅਰ ਕੋਰਟ ਦੇ ਵਿੱਚੋਂ, ਇੰਨੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਕਨਵੀਨਰ ਹੈ ਨੈਸ਼ਨਲ ਕੇਬਲ ਕਨਵੀਨਰ, ਉਹ ਬੋਲਿਆ ਤੱਕ ਨਹੀਂ, ਪੁੱਛਿਆ ਤੱਕ ਨਹੀਂ ਉਹਨੇ ਸਰਦਾਰ ਸੁਖਪਾਲ ਸਿੰਘ ਜੀ ਨੂੰ, ਇੱਥੇ ਪੰਜਾਬ 'ਚ ਆਏ ਇਹਨਾਂ ਨੇ ਬੈਠ ਕੇ ਵਿਚਾਰ ਵੀ ਨਹੀਂ ਕੀਤੀ। ਅਤੇ ਜੇ ਉਹ ਸੱਚਮੁੱਚ ਹੀ ਇਹ ਮੰਨਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਇਹ ਲੜਾਈ ਲੜੀ ਸੀ, ਅੱਜ ਇਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਦੇ ਉੱਤੋਂ ਸਰਦਾਰ ਸੁਖਪਾਲ ਸਿੰਘ ਨੂੰ ਖਾਰਜ ਕਰਨਾ ਚਾਹੀਦਾ। ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ਼ ਲੱਗੇ ਕੇਸਾਂ 'ਤੇ CBI ਜਾਂਚ ਦੀ ਮੰਗ ਕੀਤੀ ਸੀ, ਜੋ ਕਿ ਕੋਈ ਗਲਤ ਹੋਣ 'ਤੇ CBI ਦੀ ਜਾਂਚ ਨਹੀਂ ਮੰਗਦਾ। ਨਾਨਕ ਦੀ ਬਾਣੀ ਝੂਠੀ ਨਹੀਂ ਹੋ ਸਕਦੀ, ਕੂੜ ਨਖੁੱਟੇ ਨਾਨਕਾ ਉੜਕ ਸੱਚ ਰਹੇ, ਸੱਚ ਦੀ ਅਲਟੀਮੇਟ ਫਤਿਹ ਹੋਵੇਗੀ। ਆਈ ਵਿਲ ਫਾਈਟ ਦਿਸ ਕੇਸ, ਆਈ ਵਿਲ ਫਾਈਟ ਇਟ ਟੂਥ ਐਂਡ ਨੇਲ, ਐਂਡ ਆਈ ਵਿਲ ਫਾਈਟ ਆਲਸੋ ਦੀਜ਼ ਰੈਂਪੈਂਟਲੀ ਕਰਪਟ, ਟੇਂਟਡ ਕਰਪਟ ਪਾਰਟੀਜ਼ ਐਂਡ ਦੇ ਲੀਡਰਸ। ਮੈਂ ਫਿਰ ਦੁਬਾਰਾ ਹੰਕਾਰ ਨਾ ਸਮਝਣਾ ਪਲੀਜ਼, ਮੈਂ ਇੱਦਾਂ ਘਬਰਾ ਕੇ ਹੌਸਲਾ ਛੱਡਣ ਵਾਲਾ ਚਾਹੁੰਦੀ, ਮੈਂ ਇਸ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਊਂਗਾ। ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ 'ਚ ਜ਼ਰੂਰ ਦੱਸੋ। ਤੁਸੀਂ ਇਹ ਵੀਡੀਓ ਸਾਡੀ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰੋ। ਅਗਰ ਇਹ ਵੀਡੀਓ ਤੁਸੀਂ ਟ੍ਰੈਂਡਿੰਗ ਪੰਜਾਬ ਯੂਟਿਊਬ ਚੈਨਲ 'ਤੇ ਦੇਖ ਰਹੇ ਹੋ ਤਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।